10 ਕੁ ਮਿੰਟ ਤੁਸੀਂ ਚੂਚਾ 'ਚ ਨਾ ਖੜ ਕੇ ਦੇਖਣਾ ਬਈ ਕੋਈ ਚੂਚਾ ਬਿਮਾਰ ਤਾਂ ਨਹੀਂ ਹੈਗਾ, ਕੋਈ ਸੁਸਤ ਤਾਂ ਨਹੀਂ ਖੜਾ ਹੈਗਾ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਠੀਕ ਠਾਕ ਹੋ ਜੀ। ਅਤੇ ਬਾਈ ਅੱਜ ਚੂਚੇ ਹੋ ਗਏ ਜੀ 8 ਦਿਨ ਦੇ, ਅਤੇ ਕੱਲ੍ਹ ਬਾਈ ਗਰਮੀ ਬਹੁਤ ਜ਼ਿਆਦਾ ਸੀਗੀ, ਅਤੇ ਕੱਲ੍ਹ ਬਾਈ ਫਾਰਮ ਵਿੱਚ ਜਿਹੜਾ ਟੈਂਪਰੇਚਰ ਸੀਗਾ 40+ ਹੋ ਗਿਆ ਸੀਗਾ, ਦੁਪਹਿਰ ਦੇ ਟਾਈਮ 40+ ਚਲੇ ਗਿਆ ਸੀਗਾ। ਅਤੇ ਵੈਕਸੀਨ ਵਾਲੀ ਵੀਡੀਓ ਤੁਸੀਂ ਦੇਖ ਲਈ ਹੋਣੀ ਆ, ਵੈਕਸੀਨ ਆਪਾਂ ਨੇ ਕੱਲ੍ਹ ਕਰਤੀ ਸੀਗੀ। ਅਤੇ ਅੱਜ ਬਾਈ ਪਾਣੀ ਵਿੱਚ ਆਪਾਂ ਉਸ ਵੀ ਨਹੀਂ ਦੇਵਾਂਗੇ, ਸਿੰਪਲ ਪਾਣੀ ਦੇਵਾਂਗੇ ਇਹਨਾਂ ਨੂੰ। ਖੀਡ ਆਪਾਂ ਨੇ ਪਾ ਤੀ, ਅਤੇ ਬੱਚੇ ਸਾਰੇ ਬਾਈ ਠੀਕ ਆ, ਘੁੰਮ ਰਹੇ ਆ। ਵੈਕਸੀਨ ਕਈ ਵਾਰ ਨਾ ਆਪਾਂ ਜਦ ਵੈਕਸੀਨ ਕਰਦੇ ਹਾਂ ਹਲਕੇ ਬੱਚੇ ਝੜ ਜਾਂਦੇ ਆ, ਮਰ ਜਾਂਦੇ ਆ, ਅਤੇ ਮਤਲਬ ਕੋਈ ਨਹੀਂ ਮਰਿਆ ਹੈਗਾ ਵੈਕਸੀਨ ਤੋਂ ਬਾਅਦ। ਅਤੇ ਜਿਹੜਾ ਸੀਗਾ ਇੱਕ ਤੁਹਾਨੂੰ ਦੱਸਿਆ ਸੀਗਾ ਪਹਿਲੀ ਵੀਡੀਓ ਤੁਸੀਂ ਦੇਖਿਆ ਹੋਣਾ ਵੀ ਇੱਕ ਲੰਗੜਾ ਸੀਗਾ, ਉਹ ਅੱਜ ਮਰ ਗਿਆ। ਅਤੇ ਬਾਕੀ ਟੈਂਪਰੇਚਰ ਹੈਗਾ ਇਸ ਟਾਈਮ 29 ਡਿਗਰੀ ਹੋ ਗਿਆ, ਰਾਤ ਨਾਲ ਕਿਤੇ ਥੋੜ੍ਹੀ ਜਿਹੀ ਉਹਨਾਂ ਨੂੰ ਠੰਡ ਲੱਗੀ ਆ, ਆਹ ਨਾ ਇਕੱਠੇ ਜਿਹੇ ਹੋ ਰਹੇ ਆ, ਅਤੇ ਉਸ ਸਾਈਡ ਵੀ ਥੋੜ੍ਹੇ ਜਿਹੇ ਇਕੱਠੇ ਹੋ ਰਹੇ ਆ। ਅਤੇ ਆਪਾਂ ਨੇ ਰਾਤੀ ਨਾ ਬੱਲਾਂ ਦੇ ਵਾਲੇ ਸੀਗੇ, ਕਿਉਂਕਿ ਰਾਤੀ ਹੈਗੀ ਨਹੀਂ ਅਤੇ ਲਾਈਟ ਹੈ ਨਹੀਂ ਸੀਗੀ, ਇਸ ਕਰਕੇ ਥੋੜ੍ਹੀ ਜਿਹੀ ਠੰਡ ਜੀ ਮਹਿਸੂਸ ਕਰ ਰਹੇ ਅੱਜ। ਬਸ ਹੋ ਜਾਣਾ ਹੁਣ ਤਕਰੀਬਨ 1.5 ਘੰਟੇ ਤੱਕ ਇਹਨਾਂ ਨੇ ਘੁੰਮਣ ਲੱਗ ਜਾਣਾ। ਬਾਈ ਦਾਣਾ ਪਾਉਣ ਤੋਂ ਬਾਅਦ 10 ਕੁ ਮਿੰਟ ਤੁਸੀਂ ਚੂਚਾ 'ਚ ਨਾ ਖੜ ਕੇ ਦੇਖਣਾ ਬਈ ਕੋਈ ਚੂਚਾ ਬਿਮਾਰ ਤਾਂ ਨਹੀਂ ਹੈਗਾ, ਕੋਈ ਸੁਸਤ ਤਾਂ ਨਹੀਂ ਖੜਾ ਹੈਗਾ, ਉਹਦਾ ਧਿਆਨ ਰੱਖਣਾ ਤੁਸੀਂ। ਜੇ ਉਹਦਾ ਕੋਈ ਬਿਮਾਰ ਆ ਤਾਂ ਫਿਰ ਇਲਾਜ ਕਰੋ। ਅਤੇ ਇੱਦਾਂ ਹੀ ਸ਼ਾਮ ਨੂੰ ਅਤੇ ਦੁਪਹਿਰ ਨੂੰ ਤਿੰਨੇ ਟਾਈਮ ਨਿਗਾਹ ਰੱਖਣੀ ਇਹਨਾਂ ਦੀ, 10 ਦਿਨ ਇਹ ਜ਼ਰੂਰੀ ਆ ਇਹ ਵੀ ਇਹਨਾਂ ਨੇ 10 ਮਿੰਟ ਘੱਟੋ ਘੱਟ 10 ਮਿੰਟ ਸਾਰੇ ਚੂਚਿਆਂ ਪਰ ਨਿਗਾਹ ਮਾਰ ਕੇ ਚੈੱਕ ਕਰਨੇ ਆ ਵੀ ਕੋਈ ਸੁਸਤ ਤਾਂ ਨਹੀਂ ਖੜਾ ਹੈਗਾ। ਦਾਣਾ ਬਾਈ ਉਨਾ ਕੁ ਪਾਉਣਾ ਵੀ ਜਿੰਨਾ ਕੁ ਇਹ ਖਾ ਲਵੇ, ਫਾਲਤੂ ਦਾਣਾ ਨਹੀਂ ਪਾਉਣਾ ਹੈਗਾ, ਫਾਲਤੂ ਦਾਣਾ ਫਿਰ ਇਹਨਾਂ ਨੇ ਖਰਾਬ ਕਰਨਾ। ਅਤੇ ਬਾਕੀ ਬਾਈ ਹੁਣ ਵੀਡੀਓ ਨੂੰ ਕਰਦੇ ਹਾਂ ਜੀ ਬੰਦ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਜੀ। ਧੰਨਵਾਦ ਜੀ।